ਪੰਜਾਬ ਰੋਡਵੇਜ਼ ਦੀਆਂ ਬੱਸਾਂ ਬਿਨਾਂ ਇੰਸ਼ੋਰੈਂਸ ਤੋਂ ਸੜਕਾਂ 'ਤੇ ਬਿਨਾਂ ਲਗਾਮ ਦੀ ਘੋੜੀ ਤਰ੍ਹਾਂ ਭੱਜਦੀਆਂ ਪਈਆਂ ਹਨ। ਸਰਕਾਰ ਜਿੱਥੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ ਦੇ ਉੱਤੇ ਸ਼ਿਕੰਜਾ ਕੱਸਦੀ ਹੈ, ਉੱਥੇ ਖੁਦ ਸਰਕਾਰ ਦੀਆਂ ਸਰਕਾਰੀ ਬੱਸਾਂ ਬਿਨਾਂ ਇੰਸ਼ੋਰੈਂਸ ਤੋਂ ਕਾਨੂੰਨ ਦੇ ਪਰਖੱਚੇ ਅੜਾਉਂਦੀਆਂ ਕਾਨੂੰਨ ਦਾ ਮਾਹੌਲ ਉਡਾ ਰਹੀਆਂ ਹਨ। ਮੋਟਰ ਵਹੀਕਲ ਐਕਟ 1998 ਸਾਫ਼ ਅਤੇ ਸਖ਼ਤ ਸ਼ਬਦਾਂ ਦੇ ਵਿੱਚ ਕਹਿੰਦਾ ਕਿ ਕੋਈ ਵੀ ਵਹੀਕਲ ਬਿਨਾਂ ਇੰਸ਼ੋਰੈਂਸ ਸੜਕ 'ਤੇ ਨਹੀਂ ਆ ਸਕਦਾ, ਲੇਕਿਨ ਸ਼ਾਇਦ ਸਰਕਾਰੀ ਬੱਸਾਂ ਕਾਨੂੰਨ ਤੋਂ ਕਈ ਜ਼ਿਆਦਾ ਉੱਪਰ ਹਨ ਜੋ ਇਹਨਾਂ ਕਾਨੂੰਨਾਂ ਦੇ ਵਿੱਚ ਨਹੀਂ ਗਿਣੀਆਂ ਜਾਂਦੀਆਂ। 220 ਬੱਸਾਂ ਦੇ ਵਿੱਚੋਂ ਸਿਰਫ 12 ਵੋਲਵੋ ਬੱਸਾਂ ਦਾ ਇੰਸ਼ੋਰੈਂਸ ਹੋਇਆ। ਇਹ ਨਜ਼ਾਰਾ ਹੈ ਜਲੰਧਰ ਦੇ ਬੱਸ ਅੱਡੇ ਦਾ, ਜਿੱਥੋਂ ਰੋਜ਼ਾਨਾ 220 ਬੱਸਾਂ ਯਾਤਰੀਆਂ ਨੂੰ ਬਿਠਾ ਕੇ ਉਹਨਾਂ ਦੇ ਟਿਕਾਣਿਆਂ 'ਤੇ ਪਹੁੰਚਾਉਂਦੀਆਂ ਹਨ। ਜਲੰਧਰ ਰੋਡਵੇਜ਼ ਦੇ ਪ੍ਰਧਾਨ ਹਰਵਿੰਦਰ ਸਿੰਘ ਚੀਮਾ ਕਹਿੰਦੇ ਹਨ ਕਿ ਉਹਨਾਂ ਦੇ ਡੀਪੂ 'ਚੋਂ 110 ਬੱਸਾਂ 'ਚੋਂ ਸਿਰਫ 12 ਵੋਲਵੋ ਬੱਸਾਂ ਦੀ ਇੰਸ਼ੋਰੈਂਸ ਹੈ। ਡੀਪੂ ਦੇ ਕਿੰਨੀਆਂ ਬੱਸਾਂ ਨੇ, ਕਿੰਨੇ ਦੀ ਇੰਸ਼ੋਰੈਂਸ ਹੈਗੀ ਹੈ? ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਵੋਲਵੋ ਬੱਸ ਦੀ ਸਾਰਿਆਂ ਦੀਆਂ ਬੱਸਾਂ ਦੀ ਇੰਸ਼ੋਰੈਂਸ ਹੈਗੀ ਆ, ਦੂਜੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੀਆਂ ਇੰਸ਼ੋਰੈਂਸ ਹੈਗੀ ਆ, ਲੇਕਿਨ ਘੱਟ ਗੱਡੀਆਂ ਦੀ, ਬਹੁਤ ਘੱਟ ਗੱਡੀਆਂ ਦੀ ਇੰਸ਼ੋਰੈਂਸ ਹੈਗੀ ਆ, ਲੇਕਿਨ ਆਲਮੋਸਟ ਤਕਰੀਬਨ ਨਾਂ ਦੇ ਬਰਾਬਰ ਹੀ ਆ। ਟੋਟਲ ਕਿੰਨੀਆਂ ਬੱਸਾਂ ਹੈਗੀਆਂ ਪੰਜ? ਵਨ ਦੇ ਵਿੱਚ 103 ਬੱਸਾਂ ਨੇ। ਇਸ ਬਾਰੇ ਜਦੋਂ ਨਰਿੰਦਰ ਸਿੰਘ, ਜੋ ਕਿ ਪੇਸ਼ੇ ਤੋਂ ਵਕੀਲ ਵੀ ਹਨ ਅਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ, ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੋਟਰ ਵਹੀਕਲ ਐਕਟ ਦੇ ਮੁਤਾਬਕ ਸੜਕ 'ਤੇ ਤੁਰਨ ਵਾਲੇ ਹਰ ਵਹੀਕਲ ਦਾ ਇੰਸ਼ੋਰੈਂਸ ਹੋਣਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਆ ਵੀ ਕੋਈ ਵੀ ਜਿਹੜੀ ਬੱਸ ਆ ਜਾਂ ਵਹੀਕਲ ਆ, ਉਹ ਰੋਡ 'ਤੇ ਆਉਣ ਹੀ ਨਹੀਂ ਦੇਣਾ ਚਾਹੀਦਾ ਜਦ ਤੱਕ ਉਹ ਇੰਸ਼ੋਰਡ ਨਹੀਂ। ਬਾਕੀ ਤਾਂ ਸਾਰੇ ਜਿਹੜੇ ਆ ਇਹਨਾਂ ਦੇ ਇਲੀਗਲ ਐਕਟ ਮਾਫ਼ ਹੋ ਸਕਦੇ ਆ, ਪਰ ਜਿਹੜੀ ਇੰਸ਼ੋਰੈਂਸ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ। ਕੋਈ ਗਰੀਬ ਬੰਦਾ ਥੱਲੇ ਆ ਜਾਂਦਾ, ਮੁੜ ਕੇ ਪੈਸੇ ਨਹੀਂ ਮਿਲਦੇ ਉਹਨੂੰ। ਜਦੋਂ ਵੀ ਪੁਲਿਸ ਚਲਾਣ ਕਰਦੀ ਆ ਤਾਂ ਚਲਾਣ ਇਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਇੰਸ਼ੋਰੈਂਸ ਤੇਰੀ ਹੈਗੀ ਜਾਂ ਨਹੀਂ ਹੈਗੀ, ਕੋਈ ਵੀ ਵਹੀਕਲ ਆ। ਅਤੇ ਜਿਹੜਾ ਇਹ ਤੁਸੀਂ ਦੱਸਿਆ ਕਿ ਪੰਜਾਬ ਦੀ ਕੋਈ ਵੀ ਇੰਸ਼ੋਰਡ ਨਹੀਂ, ਇਹ ਤਾਂ ਹੋਰ ਵੀ ਮਾੜੀ ਗੱਲ ਹੈ। ਜੇ ਸਰਕਾਰ ਹੀ ਆਪਣੀ ਵਾਇਲੇਟ ਕਰੀ ਜਾਂਦੀ ਆ, ਅਤੇ ਇਹ ਜਿਹੜੀ ਆ ਲੋਕਾਂ ਦੇ ਨਾ ਹਿੱਤ 'ਚ ਆ ਅਤੇ ਨਾ ਇਹ ਪੰਜਾਬ ਸਰਕਾਰ ਦੇ ਆ, ਇਸ ਕਰਕੇ ਇਹਨਾਂ ਨੂੰ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ। ਕੋਈ ਵੀ ਬੱਸ ਜਿਹੜੀ ਆ, ਚਾਹੇ ਪ੍ਰਾਈਵੇਟ ਆ, ਚਾਹੇ ਸਰਕਾਰੀ ਆ, ਚਾਹੇ ਕੋਈ ਗੈਰ ਸਰਕਾਰੀ ਆ, ਚਾਹੇ ਸੈਮੀ ਆ, ਉਹ ਰੋਡ ਦੇ ਉੱਤੇ ਨਹੀਂ ਆਉਣੀ ਚਾਹੀਦੀ ਜਦ ਤੱਕ ਕਰਕੇ ਉਹਦੀ ਇੰਸ਼ੋਰੈਂਸ ਨਹੀਂ ਹੋ ਜਾਂਦੀ। ਇਹ ਇੱਕ ਬਹੁਤ ਮਾੜੀ ਗੱਲ ਆ ਕਿ ਸਰਕਾਰ ਇਹ ਕਹੇ ਵੀ ਅਸੀਂ ਫੰਡ ਜਨਰੇਟ ਕੀਤੇ ਵਾ, ਉਹ ਵਾਈ ਦੇ ਸ਼ੁੱਡ ਨੋਟ ਗੋ ਇਨ ਫਾਰ ਇੰਸ਼ੋਰੈਂਸ। ਜਦੋਂ ਐਕਟ ਬਣਿਆ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ। ਤੁਸੀਂ ਇੱਕ ਬੰਦੇ 10 ਬਣਦੇ, ਉਹਦੀ ਬਜਾਏ ਤੁਸੀਂ ਪੰਜਾਬ ਸਰਕਾਰ 'ਤੇ ਬੋਝ ਪਾਉਂਦੇ ਆ, ਇਹ ਤਾਂ ਸਰ ਬੋਝ ਪੈਣਾ ਚਾਹੀਦਾ ਇੰਸ਼ੋਰੈਂਸ ਕੰਪਨੀਆਂ 'ਤੇ। ਇਸ ਕਰਕੇ ਜਿਹੜਾ ਇਹ ਕੰਮ ਕਰ ਰਹੇ ਨਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਬਿਲਕੁਲ ਨਜਾਇਜ਼ ਆ। ਇਹ ਤਾਂ ਲੋਕਾਂ ਦੇ ਨਾਲ ਇੱਕ ਕਿਸਮ ਦਾ ਬੜਾ ਬੇਇਨਸਾਫੀ ਹੋ ਰਹੀ ਹੈ। ਬਿਲਕੁਲ ਬਿਲਕੁਲ, ਸਰਕਾਰ ਨੂੰ ਤਾਂ ਬਿਲਕੁਲ ਫਾਲੋ ਕਰਨਾ ਚਾਹੀਦਾ, ਪ੍ਰਾਈਵੇਟ ਨੂੰ ਇਹ ਕੀ ਕਹੂਗੇ ਫਿਰ। ਦੂਜੇ ਪਾਸੇ ਪੰਜਾਬ ਰੋਡਵੇਜ਼ ਡੀਪੂ ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਇੱਕ ਡੀਪੂ ਦੇ ਵਿੱਚ 110 ਅਤੇ ਦੂਜੇ ਡੀਪੂ ਦੇ ਵਿੱਚ ਵੀ 110 ਬੱਸਾਂ ਚੱਲਦੀਆਂ ਹਨ, ਜਿਨ੍ਹਾਂ 'ਚੋਂ 12 ਵੋਲਵੋ ਬੱਸਾਂ ਦੀ ਇੰਸ਼ੋਰੈਂਸ ਹੈ ਅਤੇ ਬਾਕੀਆਂ ਨੂੰ ਮੋਟਰ ਟਰਾਂਸਪੋਰਟ ਰਿਜ਼ਰਵ ਫੰਡ ਜਨਰੇਟ ਕਰਕੇ ਮੁਆਵਜ਼ਾ ਦਿੱਤਾ ਗਿਆ। ਇਸ ਫੰਡ ਦੇ ਤਹਿਤ ਰੋਡਵੇਜ਼ ਦੀਆਂ ਬੱਸਾਂ ਤੋਂ 20 ਪੈਸੇ ਕਿਲੋਮੀਟਰ ਅਤੇ ਪਨ ਬੱਸ ਤੋਂ 40 ਪੈਸੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਕੱਟੇ ਜਾਂਦੇ ਹਨ, ਅਤੇ ਜੇ ਕੋਈ ਅਦਾਲਤ ਦੇ ਰਾਹੀਂ ਮੁਆਵਜ਼ਾ ਮੰਗਦਾ ਤਾਂ ਉਸ ਨੂੰ ਇਸ ਫੰਡ ਦੇ ਵਿੱਚੋਂ ਮੁਆਵਜ਼ਾ ਦਿੱਤਾ ਜਾਂਦਾ। ਸਾਡੇ ਕੋਲ ਅਸੀਂ ਇੱਕ ਫੰਡ ਹੈ, ਸਾਡੇ ਕੋਲ ਮੋਟਰ ਟਰਾਂਸਪੋਰਟ ਰਿਜ਼ਰਵ ਫੰਡ, ਉਹ ਅਸੀਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ 20 ਪੈਸੇ ਪ੍ਰਤੀ ਕਿਲੋਮੀਟਰ ਅਤੇ ਪਨ ਬੱਸ ਦੀਆਂ ਬੱਸਾਂ ਦਾ 40 ਪੈਸੇ ਪ੍ਰਤੀ ਕਿਲੋਮੀਟਰ ਉਹ ਅਸੀਂ ਟੈਕਸ ਜਿਹੜਾ ਉਹ ਜਮ੍ਹਾਂ ਕਰਾਉਂਦੇ ਹਾਂ ਉਸ ਖਾਤਾ ਅਕਾਊਂਟ ਦੇ ਵਿੱਚ। ਅਸੀਂ ਜਿਹੜਾ ਕਲੇਮ ਕੋਈ ਪੈਂਦਾ ਕੋਰਟ ਦੇ ਰਾਹੀਂ ਉਹ ਅਸੀਂ ਉਸ ਫੰਡ ਦੇ ਵਿੱਚ ਦਿੰਦੇ ਹਾਂ, ਅਦਾ ਕਰਦੇ ਹਾਂ। ਜਦੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਤੁਸੀਂ ਸਫ਼ਰ ਕਰਕੇ ਉਤਰਦੇ ਹੋ ਤਾਂ ਤੁਹਾਡੀ ਪਿੱਠ ਨੂੰ ਅਤੇ ਕੰਨਾਂ ਨੂੰ ਆਰਾਮ ਮਿਲਦਾ, ਕਿਉਂਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਹਾਲਤਾਂ ਕਾਫ਼ੀ ਨਾਜ਼ੁਕ ਹਨ ਅਤੇ ਉਸ ਤੋਂ ਉੱਪਰ ਇੰਸ਼ੋਰੈਂਸ ਤੋਂ ਵੀ ਵਾਂਝੀਆਂ ਹੁੰਦੀਆਂ ਹਨ। ਖੈਰ, ਮੋਟਰ ਵਹੀਕਲ ਐਕਟ ਕੁਝ ਕਹਿੰਦਾ ਅਤੇ ਡੀਪੂ ਦੇ ਪ੍ਰਧਾਨ ਕੁਝ ਹੋਰ, ਅਤੇ ਸੱਚਾਈ ਇਹਨਾਂ ਦੋਵਾਂ ਦੇ ਵਿਚਕਾਰ ਕਿਤੇ ਆਪਣੀ ਜਗ੍ਹਾ ਬਣਾ ਕੇ ਬੈਠੀ ਹੈ। ਜਲੰਧਰ ਤੋਂ ਸਾਡੇ ਰਿਪੋਰਟਰ ਵਿਨੋਦ ਸੱਬਰਵਾਲ ਦੀ ਇਹ ਰਿਪੋਰਟ।
ਕੀ ਤੁਸੀਂ 12ਵੀਂ 2015 2016 ਜਾਂ 2017 'ਚ ਪਾਸ ਕੀਤੀ ਹੈ, ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ, ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ।